ਪਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਪਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ ਵਟਸਐਪ ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ। ਗੁਰੂ ਰਾਮਦਾਸ ਬਾਪੂ ਜੀ ਦਾ ਤਰਸ ਆਪਣੀ ਗੋਦ ਦੇ ਵਿੱਚ ਆਪਣੇ ਘਰ ਬੁਲਾ ਕੇ ਆਪ ਬਖਸ਼ੀਸ਼ ਦਾ ਖਾਤਾ ਖੋਲ੍ਹ ਕੇ ਪਿਤਾ ਜੀ ਨੇ ਆਪ ਹੀ ਬਿਠਾਇਆ। ਵਡਿਆਈਆਂ ਵਿੱਚ ਜੁੜੇ ਹਾਂ। ਮੇਰੀ ਇੱਕ ਬੇਨਤੀ ਹੈ, ਉਸ ਤੋਂ ਬਾਅਦ ਫਿਰ ਆਪਾਂ ਸ਼ਬਦ ਪੜ੍ਹਾਂਗੇ, ਵਾਹਿਗੁਰੂ ਗੁਰਮੰਤਰ ਦੇ ਜਾਪ 'ਚ ਜੁੜਾਂਗੇ। ਵੇਖੋ, ਅਸੀਂ ਆਏ ਆਪਣੇ ਖੰਡੇ ਵਾਲੇ ਬਾਬੇ ਦੇ ਘਰ ਝੋਲੀਆਂ ਭਰਵਾਵਾਂ, ਇਹੋ ਹੀ ਕਰਨ ਆਏ ਹਾਂ ਨਾ। ਕੋਈ ਕਿਤੋਂ ਆਇਆ, ਕੋਈ ਕਿਤੋਂ, ਜੇ ਇੱਥੇ ਸੰਗਤਾਂ 3:30 ਪਹੁੰਚੀਆਂ ਨੇ, ਇਹਦਾ ਮਤਲਬ ਕੋਈ 2 ਵਜੇ ਚੱਲਿਆ, ਕੋਈ 2:30 ਵਜੇ ਚੱਲਿਆ, ਇਸ਼ਨਾਨ ਕੀਤਾ। ਪਿਤਾ ਜੀ ਨੇ ਤਰਸ ਕੀਤਾ ਨਾ ਸਭ 'ਤੇ। ਆਏ ਅਸੀਂ ਬਾਪੂ ਜੀ ਦੇ ਘਰ, ਬਾਪੂ ਜੀ ਦੇ ਕੋਲੋਂ ਝੋਲੀਆਂ ਭਰਵਾਉਣ, ਅਤੇ ਇੱਕ ਮੇਰੀ ਬੇਨਤੀ, ਜੇ ਬਸ 3 ਕੰਮ ਕਰ ਲੈਣਾ, 3 ਕੰਮ ਫਿਰ ਝੋਲੀਆਂ ਭਰਨਗੀਆਂ ਹੀ ਭਰਨਗੀਆਂ। ਉਹ ਪਤਾ ਕਿਹੜੇ 3 ਕੰਮ? ਇੱਕ ਮਹਾਂਪੁਰਖਾਂ ਦੇ ਕੋਲ ਰਾਜਾ ਗਿਆ ਅਤੇ ਰਾਜਾ ਜਾ ਕੇ ਕਹਿੰਦਾ, ਮਹਾਂਪੁਰਸ਼ੋ, ਆਮ ਇਨਸਾਨ ਤਾਂ ਦੁਖੀ ਹੈ, ਪਰ ਮੈਂ ਰਾਜਾ, ਮੈਂ ਵੀ ਦੁਖੀ ਹਾਂ, ਮੈਨੂੰ ਵੀ ਪਰੇਸ਼ਾਨੀਆਂ ਨੇ, ਮੇਰੀਆਂ ਪਰੇਸ਼ਾਨੀਆਂ ਦੂਰ ਹੋਣ, ਅਤੇ ਦੂਜੀ ਮੇਰੀ ਮੰਗ ਹੈ, ਮੈਂ ਰੱਬ ਨੂੰ ਮਿਲਣਾ ਚਾਹੁੰਦਾ ਵਾਂ, ਸੁੱਖ ਚਾਹੁੰਦਾ ਵਾਂ, ਕੋਈ ਢੰਗ ਦੱਸੋ। ਅਤੇ ਮਹਾਂਪੁਰਖ ਬੜੇ ਰੰਗੇ ਹੋਏ, ਕਹਿੰਦੇ, ਰਾਜਾ, ਕਿਹੜੀ ਵੱਡੀ ਗੱਲ ਹੈ, ਦੁਨੀਆਂ ਵਿੱਚ ਸਭ ਤੋਂ ਸੌਖਾ ਕੰਮ ਹੈ ਰੱਬ ਨੂੰ ਮਿਲਣਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਉਹ ਕਹਿੰਦਾ, ਮੈਂ ਤੇ ਸੁਣਿਆ ਸੀ ਰੱਬ ਨੂੰ ਮਿਲਣਾ ਬੜਾ ਹੀ ਔਖਾ। ਉਹ ਕਹਿੰਦੇ, ਨਹੀਂ, ਦੁਨੀਆਂ ਵਿੱਚ ਸਭ ਤੋਂ ਸੌਖਾ ਰੱਬ ਨੂੰ ਮਿਲਣਾ, ਤੇ ਜਿਹੜਾ ਤੂੰ ਕਹਿੰਦਾ ਨਾ ਸੁੱਖ ਚਾਹੀਦੇ ਨੇ ਤੈਨੂੰ, ਪਰੇਸ਼ਾਨੀਆਂ ਦੂਰ ਹੋਣ, ਸਭ ਤੋਂ ਸੌਖਾ ਕੰਮ ਹੈ ਆਪਣੀਆਂ ਪਰੇਸ਼ਾਨੀਆਂ ਦੂਰ ਕਰਨੀਆਂ। ਮਹਾਂਪੁਰਖੋ, ਦੱਸ ਦਿਓ ਜੁਗਤ। ਕਹਿੰਦੇ, ਆਓ ਵੇਖ, ਸਾਹਮਣੇ ਪਹਾੜੀ ਵੇਖਦਾ। ਜੀ ਹਾਂ, ਵੇਖ ਰਹੇ ਹਾਂ। ਕੱਲ੍ਹ ਆਈ ਸਵੇਰੇ, ਤੇ ਉਸ ਪਹਾੜੀ ਤੇ ਅਸੀਂ ਦੋਵੇਂ ਜਾਣੇ ਇਕੱਠੇ ਚੜਾਂਗੇ। ਪਹਾੜੀ ਤੇ ਪਹੁੰਚਣ ਤੋਂ ਬਾਅਦ ਤੈਨੂੰ ਰੱਬ ਨਾਲ ਵੀ ਮਿਲਾਉਣ ਦਾ ਢੰਗ ਦੱਸ ਦਿਆਂਗੇ, ਤੇਰੀਆਂ ਦੁੱਖ ਤਕਲੀਫਾਂ ਦੂਰ ਹੋਣ ਦਾ, ਮੁਸ਼ਕਲਾਂ ਦੂਰ ਹੋਣ ਦਾ ਵੀ ਢੰਗ ਦੱਸ ਦਿਆਂਗੇ। ਬੜਾ ਖੁਸ਼ ਰਾਜਾ ਕਿ ਚਲੋ, ਮਹਾਂਪੁਰਖਾਂ ਨੇ ਰਸਤਾ ਦੱਸਣਾ। ਅਗਲਾ ਦਿਨ ਚੜਿਆ, ਜਿਸ ਸਮੇਂ ਮੁਤਾਬਕ ਮਹਾਂਪੁਰਖਾਂ ਨੇ ਕਿਹਾ ਉਸ ਸਮੇਂ ਮੁਤਾਬਕ ਪਹੁੰਚ ਗਿਆ। ਮਹਾਂਪੁਰਸ਼ ਕਹਿੰਦੇ, ਪਹਾੜੀ ਚੜ੍ਹਨ ਲਈ ਤਿਆਰ? ਜੀ ਤਿਆਰ। ਅੱਗੇ ਅੱਗੇ ਅਸੀਂ ਚੱਲਣਾ, ਪਿੱਛੇ ਪਿੱਛੇ ਤੂੰ ਚੱਲੀ? ਜੀ ਚੱਲਾਂਗਾ, ਪਰ ਇੱਕ ਗੱਲ ਏ, ਸਾਡਾ ਸਰੀਰ ਥੋੜਾ ਬਿਰਦ ਏ, ਆ 3 ਵੱਡੇ ਪੱਥਰ ਤੈਨੂੰ ਫੜਾਉਂਦੇ ਆ, ਇੱਕ ਪੰਡ ਦੇ ਵਿੱਚ ਬੰਨ ਲੈ। ਪੱਥਰਾਂ ਦੀ ਸਾਨੂੰ ਉਸ ਪਹਾੜੀ ਤੇ ਲੋੜ ਏ, ਉਹ ਪੱਥਰ ਤੈਂ ਚੱਕਣੇ ਆ ਤੇ ਪਹਾੜੀ ਤੇ ਲੈ ਕੇ ਸਾਡੇ ਮਗਰ ਮਗਰ ਚੱਲਣਾ। ਜੀ ਮਹਾਂਪੁਰਖੋ, ਕਿਹੜੀ ਔਖੀ ਗੱਲ, ਪੱਥਰ ਚੱਕ ਲਾਂਗਾ। ਹੁਣ ਪੱਥਰ ਕਾਫੀ ਵੱਡੇ ਸੀ, ਕਾਫੀ ਵਜਨੀ ਸੀ, ਪਰ ਇਹਨੇ ਮਹਾਂਪੁਰਖਾਂ ਦਾ ਬਚਨ ਮੰਨਿਆ, ਪੰਡ ਦੇ ਵਿੱਚ 3 ਪੱਥਰ ਬਣ ਲਏ। ਇਹਨੇ ਪੱਥਰਾਂ ਦੀ ਪੰਡ ਫੜੀ ਹੈ, ਮਹਾਂਪੁਰਖ ਖਾਲੀ ਹੱਥ ਨੇ, ਉਹਨਾਂ ਦੇ ਤੇਜ ਕਦਮ ਨੇ, ਇਹ ਭਾਰ ਹੋਣ ਕਰਕੇ ਹੌਲੀ ਤੁਰਦਾ। ਹੁਣ ਜਦੋਂ ਕਾਫੀ ਅੱਗੇ ਨਿਕਲ ਗਏ ਨਾ, ਤੇ ਮਹਾਂਪੁਰਸ਼ਾਂ ਨੇ ਵੇਖਿਆ ਰਾਜਾ ਬੜੀ ਪਿੱਛੇ ਰਹਿ ਗਿਆ, ਤੇ ਰਾਜੇ ਨੂੰ ਕਹਿੰਦੇ, ਭਾਈ ਤੂੰ ਤੇਜ ਕਦਮਾਂ ਨਾਲ ਕਿਉਂ ਨਹੀਂ ਚੱਲਦਾ? ਕਹਿੰਦਾ, ਮੈਂ ਤਾਂ ਤੇਜ ਕਦਮਾਂ ਨਾਲ ਨਹੀਂ ਚੱਲ ਰਿਹਾ, ਇਹ ਪੱਥਰਾਂ ਦਾ ਵਜ਼ਨ ਬੜਾ ਹੈ ਮੇਰੇ ਕੋਲ, ਇਹ ਭਾਰ ਘਟੇ ਤਾਂ ਮੈਂ ਤੁਹਾਡੇ ਕਦਮ ਨਾਲ ਕਦਮ ਮਿਲਾ ਕੇ ਚੱਲ ਸਕਦਾ। ਮਹਾਂਪੁਰ ਕਹਿੰਦੀ, ਅੱਛਾ, ਤੈਨੂੰ ਹੌਲਾ ਕਰਦੇ ਨੇ, ਇੱਕ ਪੱਥਰ ਸੁੱਟ ਦੇ। ਕਹਿੰਦਾ, ਸ਼ੁਕਰ ਹੈ, ਥੋੜਾ ਭਾਰ ਤੇ ਹਲਕਾ ਹੋਏਗਾ। ਉਹਨੇ ਇੱਕ ਪੱਥਰ ਸੁੱਟ ਦਿੱਤਾ। ਮਹਾਂਪੁਰਖ ਫਿਰ ਅੱਗੇ ਤੁਰੀ ਜਾ ਰਹੇ, ਇਹ ਮਗਰੇ ਮਗਰ ਤੁਰ ਰਿਹਾ, ਪਰ ਅਜੇ ਵੀ ਕਦਮ ਬੜੀ ਹੌਲੀ ਨੇ। ਮਹਾਂਪੁਰਸ਼ ਕਹਿੰਦੇ, ਹੁਣ ਕੀ ਹੋਇਆ? ਕਹਿੰਦਾ, ਮਹਾਂਪੁਰਸ਼ੋ, ਇੱਕ ਪੱਥਰ ਸੁੱਟ ਦਿੱਤਾ, ਪਰ 2 ਪੱਥਰਾਂ ਦਾ ਵੀ ਵਜ਼ਨ ਬਹੁਤ ਜ਼ਿਆਦਾ, ਚੱਕ ਕੇ ਚੱਲਿਆ ਨਹੀਂ ਜਾ ਰਿਹਾ। ਕਹਿੰਦੇ, ਬਚਨ ਮਨ, ਇੱਕ ਪੱਥਰ ਹੋਰ ਸੁੱਟ ਦੇ।
आखो धन गुरु रामदास जी, धन गुरु रामदास जी, प्यार नाल आखो न जी धन बाबा देव सिंह जी। उन्हें दूजा पत्थर भी सुट दिता। महापुरश अगे अगे वो तेज कदमां नाल, वजन है ही कोई नहीं कोल, इहदे कोल अजे भी पत्थर का भार है, अजे भी हौली तुरदा है। ते मन च सोचता है जे किते महापुर कह देना ये पत्थर भी सुट दे फिर मैं कदम नाल कदम मिला के चल सकदा। इन्हें सोचिया ते उन्होंने कहता, कहिंदे राजा जे ये पत्थर दा भार तैनू अजे भी सता रहा है ना, ये पत्थर भी सुट दे ते खाली खाता। हुण जदों तीजा पत्थर भी सुटिया ना, हौला फुल वर्गा हो गया, महापुरशां दे नाल कदम दे नाल कदम मिला के तुरन लग पिया। जदों पहाड़ी दी चोटी ते पहुंचे ना, महापुरश कहिंदे आ बह जा, कहिंदा महापुरखो हुण मैं पहुंच गया तुहाडे नाल, ते मैनूं दसो रब नूं किवें मिलिया जा सकदा, परमेश्वर दे कोलों सुख किवें मिल सकदे ने। महापुरश कहिंदे सारे रस्ते दे विच तैनूं ओहो ही ते जुगत समझाउंदे आ, इह समझिया नहीं? कहिंदा महापुरशो मैं अणजाण मत मैं नहीं समझ पाया। कहिंदे तेरे कोल पत्थरां दा वजन सी, जद तक वजन सी उदों तक तू साडे कदम नाल कदम मिला के नहीं तुर पाया। तीन पत्थर सी तेरे कोल वड्डे, पर जदों ओ पत्थर तू सुट्टे हौला फुल वर्गा हो गया ते साडे कदम नाल कदम मिला के तुरन लग पे। हां पुरशो जी भी गल मैनूं समझ नहीं आ रही। कहिंदे जे रब नूं मिलना ही ना, परमेश्वर नूं मिलना ही ना, जे सुख चाहुंदा है अपनी जिंदगी चो तीन पत्थर कट के बाहर सुट दे। आखो वाहिगुरु जी, वाहिगुरु जी। महापुरशो तीन पत्थर कहिंदे हां, पहला पत्थर लोक लाज दा, लोक लाज दा पत्थर है बंदे दे कोल, ए पत्थर नू ला के परे सुट। जे गुरु घर वल लगे है ना, परमेश्वर दे रस्ते दे उत्ते तुरे है, लोक लाज दा पत्थर ला के सुट दे। कई बारी सानू लोक लाज मार जांदी है। अच्छा तू अमृत वेले चले, अच्छा तू संगत करन लग पिया, लोक लाज मार जांदी है। बंदा कई बारी गल्लां सुन के ही संगत करनी छड़ देंदा। आखो वाहिगुरु जी, वाहिगुरु जी। जे गुरु घर वल लगे आ ते लोक लाज छड़नी पैनी है। कई बारी तुसी वेखो बंदा गुरु घर नाल जुड़िया हुंदा है, लोग ओ जुड़े हुए सुभा वाल वेख के ना उन्होंने कई बार गुरु घर का अहदा दे देंगे, बई तू प्रधान बन गया, तू सैकटरी बन गया। हूँ उहो ही बंदा जेड़ा पहले जोड़े झाड़ता, हूँ जदों प्रधानगी का अहदा मिल गया कहिंदा मैं जोड़े थोड़ी झाड़ने ने, लोग की कहणगे? आखो वाहिगुरु जी, वाहिगुरु जी। मैं तो अहदेदार बन गया, जे हुण परतम झूठे संगत दे मन जांदा दुनिया की कहेगी? लोक लाज किसे भी ढंग की जिहड़ी लोक लाज है ना उहनू छड्डना ही पैणा है, जे गुरु नाल जुड़ना है, परमेश्वर नूं जे मिलना है। हुण तुसीं सियाणे हो, आखो भले अमरदास गुण तेरे तेरी उपमा। तकरीबन 60 साल की उम्र है गुरु अमरदास जी की, रिश्ते दे विच बीबी अमरो नूं है, भतीजे दे नाल व्याही हुई है, रिश्ते दे विच नूं है, बच्चियां मर गई है, पर गुरु अमरदास पातशाह 60 साल की उम्र अपनी धीआं जिन्नी उम्र नूं दी है, ओदे अगे लोक लाज छड़ दित्ती, उस नूं दे अगे भी हथ जोड़े, ओ बच्चीए गुरु नानक नूं मिलण दा कोई रस्ता मैं गरीब नूं दस दे। लोक लाज छड़ दित्ती ना, ये थोड़ी कि मैं सौ ना मैं मेरी नूं मैं हथ किवें जोड़ा। ते जदों आए गुरु अंगद साहब सच्चे पातशाह जी दे कोल गुरु अमरदास जी, ते लाइन लगी पई सी संगत दी लाइन, ते लाइन दे विच खड़ोते ने, गुरु अंगद साहब की निगाह पई साढ़े कुड़माए ने, ते उस वेले अगे दी खो के ना गुरु अमरदास जी नूं लैण वास्ते गए। कहिंदे तुसीं साढ़े कुड़म हो, बाकी ते सारे लाइन विच लगण, तुसीं ना लगो। ते उस वेले गुरु अमरदास लोक लज्जा लाती, हाथ जोड़ ले गुरु अंगद साहब दे अगे, नहीं कि साढ़े कुड़म ने, हाथ जोड़ ले। ते हाथ जोड़ के पता की कहिंदे? कहिंदे सच्चे पातशाह इस वेले कोई मैं रिश्तेदारी निभाउण नहीं आया, मैं रिश्तेदार बन के नहीं आया, मैं ते सेवादार बन के आया वा। लोक लज्जा छड़ी ना,
ਤੇ ਲੋਕ ਲੱਜਾ ਛੱਡ ਕੇ ਆਪਣੇ ਤੋਂ ਛੋਟੀ ਉਮਰ ਰਿਸ਼ਤੇਦਾਰੀ 'ਚ ਕੁੜਮ ਲੱਗਦੇ ਨੇ। ਹੈ ਜੀ ਪਿਆਰਿਓ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ, ਉਸ ਵੇਲੇ ਲੋਕਾਂ ਨੇ ਤਾਨੇ ਵੀ ਦਿੱਤੇ, ਦੋ ਰੋਟੀਆਂ ਦੇ ਕਰਕੇ ਕੁੜਮਾਂ ਦੇ ਬੂਹੇ ਤੇ ਬੈਠਾ। ਪਰ ਗੁਰੂ ਅਮਰਦਾਸ ਕਹਿੰਦੇ ਮੈਨੂੰ ਪਰਵਾਹ ਹੀ ਨਹੀਂ ਤੁਹਾਡੀ, ਪਰਵਾਹ ਹੀ ਨਹੀਂ, ਜੋ ਮਰਜ਼ੀ ਕਹੀ ਚੱਲੋ, ਤੇਰੀ ਭਗਤ ਨਾ ਛੱਡੋ ਭਾਵੇਂ ਲੋਕ ਹੱਸੇ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਅੰਮ੍ਰਿਤ ਰੇੜਾ ਸੰਭਾਲਣਾ ਹੈ ਨਾ, ਸੰਗਤ ਵਿੱਚ ਪੱਕੇ ਤੌਰ ਤੇ ਜੁੜੇ ਰਹਿਣਾ, ਪਹਿਲਾ ਕੰਮ ਕਰੋ ਇਹ ਲੋਕ ਲੱਜਾ ਦਾ ਪੱਥਰ ਲਾ ਦਿਓ, ਇਹ ਵਜ਼ਨ ਲਾ ਦਿਓ, ਟੈਨਸ਼ਨ ਨਾ ਲਿਆ ਕਰੋ। ਲੋਕ ਕੀ ਕਹਿਣਗੇ, ਉਹ ਜੋ ਮਰਜ਼ੀ ਕਹੀ ਚੱਲੇ, ਪਰਵਾਹ ਨਹੀਂ ਕਿਸੇ ਦੀ, ਮੈਨੂੰ ਤੇ ਪਰਵਾਹ ਆਪਣੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੀ ਹੈ। ਆਖੋ ਵਾਹਿਗੁਰੂ ਜੀ, ਮੈਨੂੰ ਤੇ ਪਰਵਾਹ ਬਸ ਉਹਨਾਂ ਦੀ, ਉਸ ਤੋਂ ਬਿਨਾਂ ਪਰਵਾਹ ਹੈ ਹੀ ਕਿਸੇ ਦੀ ਨਹੀਂ। ਸੱਚੀ ਗੱਲ ਹੈ, ਤੁਸੀਂ ਬਸ ਆਪਣੇ ਬਾਪੂ ਦੀ ਪਰਵਾਹ ਕਰਨੀ ਸ਼ੁਰੂ ਕਰ ਦਿਓ, ਮਾਲਕ ਦੀ ਪਰਵਾਹ ਆਪਣੇ ਦਿਮਾਗ ਵਿੱਚ ਰੱਖੋ, ਕਿਸੇ ਦੀ ਹੋਰ ਦੀ ਪਰਵਾਹ ਨਾ ਕਰੋ। ਇੱਕ ਸਮਾਂ ਇਹੋ ਜਿਹਾ ਆਏਗਾ, ਤੁਹਾਨੂੰ ਨਿਕੰਮਾ ਕਹਿਣ ਵਾਲੇ ਵੀ ਤੁਹਾਡੇ ਪੈਰਾਂ ਤੇ ਆ ਟੱਟਣਗੇ। ਬਸ ਆਪਣੇ ਮਾਲਕ ਦੀ ਪਰਵਾਹ ਕਰੋ, ਇਹ ਪਹਿਲਾ ਪੱਥਰ ਲੋਕ ਲੱਜਾ ਦਾ ਲਾਓ, ਇਹ ਸੁੱਟ ਦਿਓ ਪੱਥਰ। ਮੇਰੀ ਬੇਨਤੀ ਹੈ, ਕਿਸੇ ਵੀ ਢੰਗ ਦੀ ਲੋਕ ਲੱਜਾ ਨਾ ਗੁਰੂ ਘਰ ਜੁੜਨ ਵਿੱਚ ਜਿਹੜੀ ਰੁਕਾਵਟ ਖੜੀ ਕਰਦੀ, ਉਹਨੂੰ ਲਾ ਕੇ ਪਰੇ ਸੁੱਟੋ। ਦੂਜਾ ਪੱਥਰ ਚਿੰਤਾ ਦਾ, ਚਿੰਤਾ ਦਾ, ਇਹ ਵੀ ਲਾ ਕੇ ਸੁੱਟ ਦਿਓ। ਜੇ ਮੈਂ ਏਦਾਂ ਕੀਤਾ ਹੋ ਸਕਦਾ ਏਦਾਂ ਨੁਕਸਾਨ ਹੀ ਨਾ ਹੋ ਜਾਏ, ਜੇ ਮੈਂ ਏਦਾਂ ਕਰਾਂਗਾ ਹੋ ਸਕਦਾ ਮੈਨੂੰ ਘਾਟਾ ਪੈ ਜਾਏ, ਇਹ ਚਿੰਤਾ ਵੀ। ਉਹ ਜਿਹੜਾ ਪੱਥਰਾਂ ਦੇ ਵਿੱਚ ਕੀੜੀਆਂ ਨੂੰ ਰੋਟੀ ਦੇ ਸਕਦਾ ਤੈਨੂੰ ਭੁੱਖਾ ਨਹੀਂ ਮਾਰਨ ਲੱਗਾ। ਸੱਚੀ ਗੱਲ ਹੈ, ਜਿਹੜਾ ਪੱਥਰਾਂ ਦੇ ਵਿੱਚ ਕੀੜੀਆਂ ਨੂੰ ਰੋਟੀ ਦੇ ਸਕਦਾ, ਜਿਹੜਾ ਪਾਣੀ ਦੇ ਵਿੱਚ ਜਿਹੜੀ 42 ਲੱਖ ਜੂਣ ਹੈ, ਜਿੱਥੇ ਨਾ ਕੋਈ ਦੁਕਾਨ ਚੱਲਦੀ ਹੈ ਨਾ ਕੋਈ ਵਪਾਰ ਹੁੰਦਾ, ਉਹਨਾਂ ਨੂੰ ਜੇ ਢਿੱਡ ਭਰ ਕੇ ਖਾਣਾ ਦੇ ਸਕਦਾ, ਉਹ ਤੇਰੇ ਬੱਚਿਆਂ ਨੂੰ ਵੀ ਉਹ ਪਾਲੇਗਾ। ਬਸ ਤੂੰ ਚਿੰਤਾ ਕਰ ਸਿਮਰਨ ਦੀ, ਬੰਦਗੀ ਦੀ, ਅੰਮ੍ਰਿਤ ਵੇਲੇ ਦੀ, ਸੰਗਤ ਕਰਨ ਦੀ, ਆਹ ਚਿੰਤਾ ਰੱਖ। ਹੀਲਾ ਵਸੀਲਾ ਕਰ, ਕਾਰੋਬਾਰ ਕਰ, ਬਸ ਚਿੰਤਾ ਨਾ ਆਪਣੇ ਦਿਮਾਗ ਦੇ ਉੱਤੇ ਲਾ। ਗੁਰੂ ਨੂੰ ਕਹਿ ਪਿਤਾ ਜੀ ਜੇ ਬੱਚੇ ਦਿੱਤੇ ਆ ਮੇਰੇ, ਥੋੜੀ ਤੇਰੇ ਹੀ ਨੇ, ਆਪੇ ਸੰਭਾਲ। ਤੇਰੇ ਹੁਕਮ ਨਾਲ ਮੈਂ ਕਾਰੋਬਾਰ ਕਰ ਰਿਹਾ, ਖੇਤੀ ਕਰ ਰਿਹਾ, ਦੁਕਾਨ ਕਰ ਰਿਹਾ, ਨੌਕਰੀ ਕਰ ਰਿਹਾ, ਪਰ ਇਹਦੇ ਵਿੱਚ ਬਰਕਤਾਂ ਤੇ ਤੂੰ ਹੀ ਪਾਉਣੀਆਂ ਨੇ ਨਾ, ਹਿੰਮਤ ਮੈਂ ਕਰ ਸਕਦਾ ਪਰ ਬਰਕਤ ਤੇ ਤੇਰੀ ਵਰਤਣੀ। ਚਿੰਤਾ ਨਾ ਕਰੋ, ਜੇ ਏਦਾਂ ਹੋ ਗਿਆ, ਜੇ ਏਦਾਂ ਹੋ ਗਿਆ, ਜੇ ਏਦਾਂ ਹੋ ਗਿਆ, ਆ ਜੇ ਦੀ ਚਿੰਤਾ ਛੱਡ ਦਿਓ, ਜੇ ਏਦਾਂ ਹੋ ਗਿਆ। ਮੈਂ ਆਪਣੀ ਲਾਈਫ ਵਿੱਚੋਂ ਮੈਂ ਸੱਚ ਕਹਿ ਰਿਹਾ, ਇਹ ਜੇ ਲਾਇਆ ਹੋਇਆ, ਸੱਚ ਕਹਿ ਰਿਹਾ, ਗੁਰੂ ਜੀ ਦੀ ਹਜ਼ੂਰੀ 'ਚ ਬੈਠਾ, ਆਹ ਕੰਮ ਕਰਨਾ ਗੁਰੂ ਦੀ ਮਿਹਰ ਨਾਲ ਕਰਨਾ, ਨਤੀਜਾ ਜਿਹੋ ਜਿਹਾ ਮਰਜ਼ੀ ਹੋਏਗਾ ਕਰ ਲਾਂਗੇ, ਕੋਈ ਨਹੀਂ। ਬਾਬਾ ਖੰਡੇ ਵਾਲਾ ਬੈਠਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਜੇ ਦੀ ਚਿੰਤਾ ਲਾ ਦਿਓ, ਲਾ ਦਿਓ। ਪਹਿਲਾ ਪੱਥਰ ਕਿਹੜਾ ਸੁੱਟਣਾ? ਲੋਕ ਲੱਜਾ ਦਾ। ਦੂਜਾ ਪੱਥਰ ਆਪਣੀ ਲਾਈਫ ਦੇ ਵਿੱਚੋਂ ਸੁੱਟ ਦਿਓ, ਚਿੰਤਾ ਦਾ। ਨਾਨਕ ਚਿੰਤਾ ਮਤ ਕਰੋ, ਸਾਰੇ ਆਖੋ ਨਾਨਕ ਚਿੰਤਾ ਮਤ ਕਰੋ, ਚਿੰਤਾ ਦਿਸ ਹੀ ਹੈ। ਉਹਨੂੰ ਚਿੰਤਾ, ਜੇ ਉਹਨੇ ਇੱਕ ਰਾਹ ਮੇਰਾ ਬੰਦ ਕੀਤਾ ਨਾ, 10 ਖੋਲੇ ਹੀ ਖੋਲੇ ਨੇ, ਮੈਨੂੰ ਟੈਨਸ਼ਨ ਹੀ ਕੋਈ ਨਹੀਂ ਯਾਰ, ਮੈਨੂੰ ਘਬਰਾਹਟ ਹੈ ਹੀ ਕੋਈ ਨਹੀਂ, ਕਿਉਂਕਿ ਉਹ ਮੇਰਾ ਸਾਥੀ ਹੈ, ਮੈਂ ਉਹਦਾ ਬੱਚਾ, ਉਹ ਮੇਰਾ, ਮੈਂ ਉਹਦਾ ਵਾਂ, ਫਿਰ ਮੈਨੂੰ ਕਾਹਦੀ ਚਿੰਤਾ। ਪਹਿਲਾ ਪੱਥਰ ਸੁੱਟੋ ਲੋਕ ਲਾਜ ਦਾ, ਦੂਜਾ ਪੱਥਰ ਸੁੱਟੋ ਚਿੰਤਾ ਦਾ, ਤੇ ਤੀਜਾ ਪੱਥਰ ਆਪਣੀ ਲਾਈਫ ਦੇ ਵਿੱਚੋਂ ਚੁੱਕ ਕੇ ਪਰਾਂ ਮਾਰ ਦਿਓ ਹਉਮੈ ਦਾ, ਹੰਕਾਰ ਦਾ। ਮੈਂ ਕੀਰਤਨ ਕਰਦਾ, ਮੈਂ ਕਥਾ ਕਰਦਾ, ਮੈਂ ਤੇ ਅੰਮ੍ਰਿਤ ਵੇਲਾ ਸੰਭਾਲਦਾ, ਮੈਂ ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣਾ, ਮੈਂ ਇੰਨੇ ਵਿਦਿਆਰਥੀਆਂ ਨੂੰ ਫ੍ਰੀ ਪੜ੍ਹਾਉਣਾ ਵਾਂ, ਮੈਂ ਹੌਸਪੀਟਲ ਚਲਾ ਰਿਹਾ, ਮੈਂ ਇੰਨੇ ਵਿਆਹ ਕਰਵਾ ਰਿਹਾ ਲੋੜਵੰਦ ਬੱਚੀਆਂ ਦੇ। ਕੋਈ ਵੀ ਗੁਣ ਹੈ ਉਹ ਅਹੁਦਿਆਂ ਦਾ, ਗੁਣਾਂ ਦਾ ਅਹੰਕਾਰ ਛੱਡ ਦਿਓ। ਆ ਤਿੰਨ ਪੱਥਰ ਆਪਣੀ ਲਾਈਫ ਦੇ ਵਿੱਚੋਂ ਚੱਕ ਕੇ ਮਾਰ ਦਿਓ ਪਰੇ, ਫਿਰ ਤੁਹਾਡੇ ਵਿੱਚ ਤੇ ਰੱਬ ਵਿੱਚ ਫਰਕ ਰਹਿ ਹੀ ਕੋਈ ਨਹੀਂ ਜਾਣਾ ਜੀ। ਫਿਰ ਤੇ ਉਹ ਅੰਦਰੋਂ ਹੀ ਪ੍ਰਗਟ ਹੋ ਜਾਏਗਾ, ਅੰਦਰੋਂ ਹੀ
ਉਹ ਪਿਆਰਿਆ ਤੂੰ ਬਾਹਰ ਲੱਭਦਾ ਮੈਂ ਤੇ ਤੇਰੇ ਅੰਦਰ ਬੈਠਾ ਹੋਮੇ ਦਾ ਪੱਥਰ ਲਾ ਕੇ ਪਰਾਂ ਤੇ ਸੁੱਟ ਮਾਰੇ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ ਅੰਦਰ ਹੀ ਬੈਠਾ ਅੰਦਰ ਹੀ ਮੈਂ ਲੱਭ ਪੈਣਾ ਹਾਂਜੀ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਅੰਦਰ ਹੀ ਹਾਂ ਮੈਂ ਅੰਦਰ ਹੀ ਕਿਤੇ ਬਾਹਰ ਨਹੀਂ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਅਜੇ ਸੰਗਤ ਵਿੱਚ ਜੁੜਦੇ ਹੋ ਨਾ ਮੇਰੀ ਬੇਨਤੀ ਹੈ ਇਹ ਤਿੰਨ ਪੱਥਰ ਆਪਣੀ ਲਾਈਫ ਦੇ ਵਿੱਚੋਂ ਚੱਕ ਕੇ ਬਾਹਰ ਮਾਰ ਦਿਓ ਫਿਰ ਸਾਰੇ ਕਾਰਜ ਕਰਨ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਦੀ ਹੈ ਬਾਬਾ ਦੀਪ ਸਿੰਘ ਦੀ ਹੈ ਗੁਰੂ ਮਿਹਰ ਕਰੇ ਆਓ ਬੜੇ ਪਿਆਰ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ 529 ਅੰਗ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਦਰਜ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਏ ਬੜੇ ਪਿਆਰ 'ਚ ਪੜਿਓ ਮੈਂ ਤਾਂ ਕਰਕੇ 2-4 ਮਿੰਟ ਲਾਏ ਨੇ ਕਿ ਬੈਠਣ ਦਾ ਰਸ ਹੋਰ ਵੱਧ ਜੇ ਜੇ ਮਿਲਣਾ ਹੈ ਨਾ ਆ ਪੱਥਰ ਸੁੱਟ ਦਿਓ ਆਪਣੀ ਲਾਈਫ ਦੇ ਵਿੱਚੋਂ ਬਾਹਰ ਗੁਰੂ ਮਿਹਰ ਕਰਿਓ ਕਿਰਪਾ ਜੀ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਏ ਗੁਰਪੂਰੇ ਕੀ
मत कहीं न जाए। गुर पूरे की बढ़ियाई ताकि की मत कहीं न जाए। गुर पूरे की बढ़ियाई ताकि परमेश्वर बणत बनाई फिर दौलत कत हो नाही। साचे साहिब स्यो मन मनिया हर सर्व निरंतर जानिया। सब जी तेरे दयाला
अपने भगत करे प्रतपाला। अचरज तेरी वड्याई गुरु रामदास जी, अचरज तेरी वड्याई, बोलो अचरज तेरी वड्याई, सारे बोलो अचरज तेरी वड्याई, अचरज तेरी वड्याई, नित नानक नाम ते आई गुरपूरे की वड्याई, ताकि कीमत कही ना रुख 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 रुख
ਜਿੰਨੀ ਤੂੰ ਸੇਵਿਆ ਭਾਉ ਕਰ ਬੋਲੋ ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤੁਦ ਪਾਰੇ ਉਤਾਰਿਆ ਲੱਭ ਲੋਭ ਕਾਮ ਕ੍ਰੋਧ ਮੋ ਮਾਰ ਕੱਢੇ ਤੁਦ ਸਫਰ ਵਾਰਿਆ ਤਨ ਸੋ
बापू जी दे जो अपने घर दे विच बुला के साडियां झोलियां भरन वास्ते आप ही ए विध बनाई सेवावां दे कारजां बारे तुहानू सब नूं पता है मैं हुण बोलना नहीं अरदास करियो सतगुरु सारे कारजां विच अपनी बख्शिश दी वाट लाई रखण वाहिगुरु जी का वाहिगुरु जी की फतेह Thank you.
तेरे बिन रुल जांगे साड़ी कदे ना छड़े ओ बां तेरे बिन रुल जांगे बाबा दीप सिंह मेरे पिता बाबा दीप सिंह मेरे पिता ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਤਸੰਗ ਜੀ ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ ਜਿੰਨੀ ਵਾਰੀ ਵੀ ਆਓ ਤਿੰਨ ਚਾਰ ਘੰਟੇ ਦਾ ਸਮਾਂ ਵੱਧ ਕੱਟ ਕੇ ਆਇਆ ਕਰੋ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਤੁਹਾਡਾ ਦਿੱਤਾ ਹੋਇਆ ਕਿਣਕਾ ਕਿਣਕਾ ਤੁਹਾਡਾ ਦਿੱਤਾ ਹੋਇਆ ਦਸਵੰਧ ਲੱਗ ਕਿੱਥੇ ਕਿੱਥੇ ਰਿਹਾ ਮੈਨੂੰ ਪੱਕਾ ਵਿਸ਼ਵਾਸ ਹੈ ਜਦੋਂ ਆਓਗੇ ਨਾ ਰਾਮ ਤੀਰਥ ਰੋਡ ਤੇ ਜੋ ਤੁਹਾਡਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਣਿਆ ਜਦੋਂ ਆ ਕੇ ਟੱਕੋਗੇ ਉਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ ਵਿਧਵਾ ਬੀਬੀਆਂ ਦੇ ਬੱਚੇ ਔਰ ਜਿਨ੍ਹਾਂ ਦੀਆਂ ਤਿੰਨ ਬੇਟੀਆਂ ਨੇ ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾ ਰਹੀ ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ ਤੁਹਾਨੂੰ ਸਕੂਨ ਮਿਲੇਗਾ ਸ਼ੁਕਰ ਹੈ ਦਾਤਿਆ ਉਹ ਬੱਚਿਆਂ ਦੀ ਪੜ੍ਹਾਈ ਦੇ ਲਈ ਸਾਡਾ ਦਸਵੰਧ ਲੱਗ ਰਿਹਾ
जिन्हां दे घर रोजी रोटी दा इन्ना लंबा चौड़ा साधन नहीं और मन दी इन्नी रीझ इस स्कूल दे विच जिथे बच्चे दुनियावी पढ़ाई करन आके कदी तकियो छोटे छोटे बच्चे प्ले पैन दे बच्चे भी अरदास करदे ने छोटे छोटे बच्चे अपने उम्र के मुताबिक उन्होंने सिलेबस दिता गया बकायदा साडियां जो सिलेबस दियां धार्मिक पुस्तकां लगाई गई ने और मन की रीझ जिथे इस स्कूल विच पढ़ रहा विद्यार्थी दसवीं क्लास का विद्यार्थी अमेरिका की अंबैसी दे विच इंग्लिश दे विच इंटरव्यू देवे उत्थे मन की भावना है दसवीं क्लास का जिहड़ा विद्यार्थी उन्हूं अमृत वेले दियां पंज बाणियां रहिरा साहिब जी की बाणी कीर्तन सोहले की बाणी ये सारिया बाणियां उन्होंने कंठ हो जाए आके कदी तको मन नूं बड़ी शांति मिलेगी आके वेखो जदों तुसी आके तकोगे ना मैनूं विश्वास है तुहानूं इन्नी शांति मिलेगी तुसी अरदास करोगे कि दत्तया शुकर है शुकर है शुकर है ये तू साडा दत्ता होया दसवंध सही टिकाणे ते लवा रहे हैं इस जगह दे उते जो बाबा दीप सिंह हेल्थ केयर चैरिटेबल हस्पताल बने हैं जिस हस्पताल दे विच 20 रुपया की पर्ची च 2 दिन की दवाई दिती जाती जिहड़ी दवाई मान लो बाजारों 100 की मिलनी इत्थे 30 की दिती जाती डिजिटल एक्सरे 113 रुपए च नाल प्यारे लैबोरेटरी के जिन्ने टेस्ट ने वो लागत मुल नाल हुंदे ने ते जिहड़ा अपने मूँह कह दे मैं दे नहीं सकता उहदे लई इत्थे इलाज बिल्कुल फ्री है ਜਦੋਂ ਤੁਸੀਂ ਆਓਗੇ ਤੁਹਾਡੇ ਅੰਦਰੋਂ ਸ਼ੁਕਰਾਨਾ ਨਿਕਲੇਗਾ ਦੱਤਿਆ ਸ਼ੁਕਰ ਹੈ ਸਾਡਾ ਦਸਮੰਦ ਲੋੜਵੰਦਾਂ ਦੀਆਂ ਦਵਾਈਆਂ ਦੇ ਉੱਤੇ ਲੱਗ ਰਿਹਾ ਆ ਕੇ ਤੱਕੋ ਇੱਥੇ ਕਿਵੇਂ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਕੀਤੀ ਜਾ ਰਹੀ ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ ਔਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਦੇ ਨਾਲ ਰੋਟੀ ਬਣਦੀ ਹੈ ਦਾਲ ਬਣਦੀ ਹੈ ਚਾਵਲ ਬਣਦੇ ਨੇ ਉਹ ਬਰਕਤਾਂ ਤੁਹਾਨੂੰ ਪੈਂਦੀਆਂ ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ ਅੰਨ ਦਾਨ ਦੇ ਵਿੱਚ ਵੀ ਤੁਹਾਡੀ ਇਹ ਮਾਇਆ ਵਰਤੀ ਜਾਂਦੀ ਹੈ ਔਰ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਉਹ ਗੱਡੀ ਬਣਾਈ ਹੈ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਹ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ ਇਸੇ ਜਗ੍ਹਾ ਦੇ ਉੱਤੇ ਸਾਡੇ ਪੰਥ ਦਾ ਪ੍ਰਚਾਰ ਹੋਰ ਵਧੇ ਪੰਥ ਦਾ ਪ੍ਰਚਾਰ ਪ੍ਰਸਾਰ ਹੋਰ ਵਧੇ ਗੁਰਮਤ ਦਾ ਪ੍ਰਸਾਰ ਹੋਰ ਵਧੇ ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਬਣਾਈ ਗਈ 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ ਤਬਲੇ ਦੀ ਸਿਖਲਾਈ ਗੁਰਬਾਣੀ ਦੀ ਸੰਥਿਆ ਔਰ ਅੰਮ੍ਰਿਤ ਵੇਲੇ ਦੀ ਸੰਭਾਲ ਸੰਧਿਆ ਦੇ ਸਮੇਂ ਦੀ ਸੰਭਾਲ ਜਿੱਥੇ ਗੁਰਮਤ ਦੀ ਪੜ੍ਹਾਈ ਕਰਵਾਈ ਜਾ ਰਹੀ ਇਸ ਅਕੈਡਮੀ ਦੇ ਵਿੱਚ ਉੱਥੇ ਬੱਚਿਆਂ ਦੀ ਸਿਹਤ ਵੱਲ ਰਵੇ ਜਿਮ ਦਾ ਪ੍ਰਬੰਧ ਵੀ ਘੋੜ ਸਵਾਰੀ ਦਾ ਪ੍ਰਬੰਧ ਵੀ ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮ ਇੱਥੇ ਮੁਹੱਈਆ ਕਰਵਾਇਆ ਗਿਆ ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਔਰ ਸ਼ੁਕਰਾਨਾ ਨਿਕਲੇਗਾ ਦਾਤਿਆ ਸਾਡੇ ਦਿੱਤੇ ਹੋਏ ਦਸਵੰਦ ਦੇ ਨਾਲ ਕਿਵੇਂ ਇਹ ਬੱਚੇ ਗੁਰਮਤ ਦੀ ਪੜ੍ਹਾਈ ਗੁਰਮਤ ਦੀ ਸਿੱਖਿਆ ਲੈ ਰਹੇ ਨੇ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰਕ ਬਣਨਾ ਹੈ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਨਾਂ ਨੂੰ ਜੋੜਨ ਦਾ ਕੰਮ ਕਰਨਾ ਹੈ ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ ਔਰ ਮੈਨੂੰ ਬੜੀ ਇਹ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਯੂਨਿਟ ਨੰਬਰ 2 ਸਤਿਗੁਰਾਂ ਨੇ ਦਿੱਤਾ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਉੱਤੇ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ ਖਾਣਾ ਪਾਉਣਾ ਔਰ ਪੰਛੀਆਂ ਦੇ ਇਲਾਜ ਦਾ ਪ੍ਰਬੰਧ ਉਹ ਹਸਪਤਾਲ ਬਣਨਾ ਹੈ ਜੀ ਦਇਆ ਪਰਮਾਨ ਪਾਰਕ ਇਸੇ ਜਗ੍ਹਾ ਦੇ ਉੱਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਦਾ ਪ੍ਰਬੰਧ ਮਨ ਦੀ ਬੜੀ ਰੀਝ ਹੈ ਕਿ ਤੁਸੀਂ ਜਦੋਂ ਵੀ ਆਓ 5 ਦਿਨ ਰਹੋ 10 ਦਿਨ ਰਹੋ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੋ ਭਗਤੀ ਕਰੋ ਬੰਦਗੀ ਕਰੋ ਇੱਥੇ ਗੱਡੀਆਂ ਲਾ ਦਿੱਤੀਆਂ ਜਾਣ ਜੋ ਤੁਹਾਨੂੰ ਦਰਬਾਰ ਸਾਹਿਬ ਵੀ ਦਰਸ਼ਨ ਕਰਾ ਕੇ ਲਿਆਇਆ ਕਰਨ ਫਿਰ ਉੱਥੋਂ ਵਾਪਸ ਲੈ ਆਇਆ ਕਰਨ 10-15 ਦਿਨ ਰੁਕੋ 20 ਦਿਨ ਰੁਕੋ ਜੋ ਤੁਹਾਡਾ ਦਿਲ ਕਰਦਾ ਹੈ ਇੱਥੇ ਆ ਕੇ ਤੁਸੀਂ ਹੱਥੀਂ ਸੇਵਾ ਵੀ ਕਰੋ ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਰਾਂ ਬਣਾਈ ਜਾ ਰਹੀ ਉੱਥੇ ਔਰ ਗੁਰਦੁਆਰਾ ਸਾਹਿਬ ਵੀ ਔਰ ਅਜੇ ਇਹ ਸੇਵਾਵਾਂ ਪਿਤਾ ਜੀ ਦੀ ਮਿਹਰ ਦੇ ਨਾਲ ਪ੍ਰਾਰੰਭਤਾ ਦੇ ਵੱਲ ਨੇ ਅਤੇ ਸਤਿਗੁਰਾਂ ਨੇ ਕਿਰਪਾ ਕੀਤੀ ਅੱਡਾ ਗੋਪਾਲਪੁਰਾ ਬਟਾਲਾ ਰੋਡ ਮੇਨ ਰੋਡ ਦੇ ਉੱਤੇ ਹੀ ਜੋ ਨਵੀਂ ਜਗ੍ਹਾ ਬਖਸ਼ਿਸ਼ ਕੀਤੀ
बाबा दीप सिंह चैरिटेबल ट्रस्ट यूनिट नंबर 3 जिस जगह ते स्कूल बनना है हस्पताल बनना है गुरु बाबा नानक जी की रसोई ते होर बेंत कारज दो चीज़ां नू वैसे लैके मुख तौर दे उत्ते चल रहे हैं एजुकेशन नू ते हेल्थ नू दोवें चीज़ां माया पक्खों सस्तियां कर दिओ पर होण टॉप क्लास फिर सानू अगां वधण तों कोई रोक नहीं सकदा ये मेरी बेनती है प्यारे आप जी ए सीमावां दे विच अपना योगदान जरूर पाओ 2500 रुपया एक गज की सेवा रखी हुई नवी जगह दी क्योंकि दसंबर दे महीने उहदी रजिस्टरी है 2500 रुपया एक गज की सेवा रखी है एक एक दो दो पांच पांच गज की सेवा तुसीं सारिआं ने ते करनी होरनां नूं भी जरूर प्रेरणा करिओ और पक्के महीनावारी डोनर बन जाओ कि इन्नी सेवा असीं हर महीने ट्रस्ट नूं भेजनी भेजनी सारे नंबर तुहाडी टीवी स्क्रीन ते आ रहे ने जिहड़े अकाउंटां दे विच तुसीं सेवा पाउणी है ट्रस्ट दे अकाउंट भी तुहाडे टीवी स्क्रीन ते आ रहे ने स्क्रीनशॉट लै लो ते ए मेरी बेनती पक्के महीनावारी डोनर बन जाओ इन्नी सेवा असीं भेजनी ही भेजनी है क्योंकि मेरे मन दी रीझ है घट तो घट 113 यूनिट पर मैनू इन्ना विश्वास जदों तुसीं पक्के तौर ते मैंबर बन जाओगे ना मोढे नाल मोढा जोड़ के साथ दोगे ए डबल ट्रिपल यूनिट हो जाने ने ये मेरी बेनती सारिआं ने मोढे नाल मोढा जोड़ के साथ देना पक्के महीनावारी डोनर भी बनना और ये सेवा तुसी सानू पेटीएम गूगल पे फोन पे भी कर सकते सारे नंबर टीवी स्क्रीन के उत्ते तुहाडे आ रहे ने आप जी नंबर नोट करके साडा फोन जावे ना जावे साडा मैसेज तुहानू जावे ना जावे ये पक्के तुसी परिवारक मैंबर होण दा सबूत दिओ पक्के तुसी मैंबर बन के अपनी सेवा हर महीने भेजो तां जो ये सेवावां निरंतरता दे नाल जारी रहन वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह धन गुरु रामदास जी धन बाबा दीप सिंह जी सत्संग जी आप जिया ने जिवें दास की पहली किताब सभे जी संभाल अपनी मेहर कर बड़ा ही उस किताब नूं प्यार दिता हजारां दे हिसाब नाल उह किताब नूं खरीदिया भी प्रचार हित उस किताब नूं वंडिया भी ते तुहाडे हुक्म नूं मुख रखदिआं होइआं ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ ਇਹ ਰਿਲੀਜ਼ ਹੋਈ ਹੈ ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ ਤੁਹਾਨੂੰ ਇੱਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ ਕੀਰਤਨ ਸੁਣ ਰਹੇ ਹਾਂ ਅਤੇ ਇਹ ਮੈਂ ਬੇਨਤੀ ਕਰਦਾ ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ ਅਗਾਂਹ ਵੰਡਣ ਵਾਸਤੇ ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨਵਰਸਰੀ ਹੈ ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ ਗੁਰਮਤਿ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ ਨੰਬਰ ਤੁਹਾਡੇ ਟੀ ਵੀ ਸਕਰੀਨ ਦੇ ਉੱਤੇ ਆ ਰਿਹਾ 9879-0904 ਇਸ ਨੰਬਰ 'ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਅਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ 'ਤੇ ਵੀ ਫੋਲੋ ਕਰ ਸਕਦੇ ਹੋ ਜੀ ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ 'ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ ਵਟਸਐਪ ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ 'ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ ਧੰਨਵਾਦ